अगर आपने नई और ताज़ा खबरें देखने के लिए दिव्या पंजाब टीवी को सब्सक्राइब नहीं किया तो कृपया जरूर करें। ਜ਼ਿਲ੍ਹਾ ਤਰਨਤਾਰਨ ਦੇ ਕਸਬਾ ਖੇਮਕਨ ਬਾਰਡਰ ਤੇ ਤਾਇਨਾਤ BSF ਦੀ ਬਟਾਲੀਅਨ ਨੇ ਭਾਰਤ ਪਾਕਿਸਤਾਨ ਸੀਮਾ ਬੈਰੀਅਰ ਦੇ ਕੋਲੋਂ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ਦੇ ਦੌਰਾਨ ਉਸ ਦੀ ਪਹਿਚਾਣ ਮੁਹੰਮਦ ਸ਼ੋਏਬ ਪੁੱਤਰ ਸ਼ੇਰ ਮੁਹੰਮਦ ਵਾਸੀ ਮਮਦਾਨ ਜ਼ਿਲ੍ਹੇ ਦੇ ਰਹਿਣ ਵਾਲੇ ਵਜੋਂ ਹੋਈ ਹੈ। ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇੱਕ ਵੋਟਰ ਕਾਰਡ ਤੇ ₹24 ਪਾਕਿਸਤਾਨੀ ਕਰੰਸੀ ਬਰਾਮਦ ਹੋਈ। BSF ਵੱਲੋਂ ਫੜੇ ਗਏ ਪਾਕਿਸਤਾਨੀ ਨਾਗਰਿਕ ਨੂੰ ਥਾਣਾ ਖੇਮਕਨ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਫੜੇ ਗਏ ਮੁਹੰਮਦ ਸ਼ੋਹੇਬ ਨੇ ਕਿਹਾ ਕਿ ਮੈਂ ਪਾਕਿਸਤਾਨ ਦੇ ਵਿੱਚ ਵੇਟਰ ਦਾ ਕੰਮ ਕਰਦਾ ਹਾਂ ਤੇ ਰਾਤ ਦੇ ਸਮੇਂ ਰਸਤਾ ਭਟਕ ਗਿਆ ਤੇ ਭਾਰਤ ਦੇ ਵਿੱਚ ਦਾਖਲ ਹੋਣ ਤੇ ਮੈਨੂੰ ਫੜ ਲਿਆ ਗਿਆ। ਦੂਜੇ ਪਾਸੇ ਪੁਲਿਸ ਕਰਮਚਾਰੀ ਨੇ ਕਿਹਾ ਕਿ ਬੀਤੀ ਰਾਤ ਦੇ ਸਮੇਂ ਬਾਰਡਰ ਸੀਮਾ ਤੇ ਫੜਿਆ ਗਿਆ ਹੈ ਤੇ ਇਸ ਦੇ ਕੋਲੋਂ ਇੱਕ ਵੋਟਰ ਕਾਰਡ ਤੇ ₹24 ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ ਅਤੇ ਉੱਪਰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। अच्छा तो तारबंदी के पास क्या करने आए थे सर? तारबंदी क्या, क्या काम करते थे उधर? मजदूरी करते हैं। तो यहाँ पे कैसे आ गए? आर्मी आने लिए, जाने लिए, फिर आने। अच्छा शादी में हम क्या करते थे? शादी बैरापुनी बर्तन भांडे मांजने गए थे। वो तो BSF ने ਕੰਡਿਆਲੀ ਤਾਰ ਤੋਂ ਬੰਦਾ ਫੜਿਆ, ਪਾਕਿਸਤਾਨੀ ਨਾਗਰਿਕ, ਬਿਨਾਂ ਵਿਦਾਊਟ ਪਾਸਪੋਰਟ ਉਹ ਭਾਰਤ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ। ਇਹਦੇ ਖਿਲਾਫ਼ ਅਸੀਂ ਪਾਸਪੋਰਟ ਐਕਟ ਅਤੇ 14 FA ਤਹਿਤ FA ਦਰਜ ਕੀਤੀ ਆ, ਅੱਗੇ ਤਫਤੀਸ਼ ਕਰ ਰਹੇ ਹਾਂ। ਅਤੇ ਇਹਨਾਂ ਕੁਝ ਕੀ ਕੋਈ ਬਰਾਮਦ ਕੁਛ? ਇਹਦੇ ਕੋਲ ਇੱਕ ਸ਼ਨਾਖਤੀ ਕਾਰਡ ਪਾਕਿਸਤਾਨ ਦਾ ਅਤੇ ₹25 ਉੱਧਰ ਦੀ ਕਰੰਸੀ ਆ, 5 ਪੈਸੇ ਉੱਧਰ ਦੇ ਬਰਾਮਦ ਹੋਏ। ਇਹ ਕਿੱਥੋਂ ਫੜਿਆ ਗਿਆ ਜੀ? ਇਹ KK ਬੈਰੀਅਰ ਤੋਂ ਤਾਰ ਤੋਂ ਪਾਰੋਂ ਫੜਿਆ ਉਹਨਾਂ ਨੇ BSF। ਤੇ ਹੁਣ ਇਹਦੀ ਹੁਣ ਇਹ ਆਪਾਂ ਇਹਦੇ ਖਿਲਾਫ FA ਦਰਜ ਕੀਤੀ ਹੋਈ ਆ, ਇਹਨੂੰ ਕੋਰਟ 'ਚ ਪੇਸ਼ ਕਰਾਂਗੇ। ਅਵਤਾਰ ਸਿੰਘ ਢਿੱਲੋਂ, ਦਿਵਿਆ ਪੰਜਾਬ TV, ਪੱਟੀ।